जे असीं आपदे आप नूं पहलां सांभ लैंदे ਤਾਂ ਡੈਫੀਨੇਟਲੀ ਇਹ ਬਹੁਤ ਫਰਕ ਹੁੰਦਾ ਵੀ ਸਰਕਾਰ ਨੀਤੀ ਜਾਂ ਆਪਦੀਆਂ ਜਿਹੜੀਆਂ ਪਾਲਿਸੀ ਘੜਨ ਵੇਲੇ 10 ਵਾਰੀ ਸੋਚਦੀ ਆ। ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ 'ਚ ਕਿਤੇ ਖਾਮੀ ਹੈਗੀ ਆ, ਅਤੇ ਖਾਮੀ ਤੁਹਾਡੇ 'ਚ ਵੀ ਕੋਈ ਹੋ ਸਕਦੀ, ਉਹਨਾਂ 'ਚ ਵੀ ਹੋ ਸਕਦੀ ਆ, ਜੇ ਇਹ ਖਾਮੀ ਆਪਾਂ ਦੂਰ ਹੀ ਕਰ ਲਈਏ ਬੈਠ ਕੇ। ਮੈਂ ਤਾਂ ਪਹਿਲ ਕਰ ਸਕਦਾ, ਮੈਂ ਇੱਕ ਵਾਰੀ ਫਿਰ ਪਹਿਲ ਕਰਨ ਦੀ ਕੋਸ਼ਿਸ਼ ਕਰੂੰਗਾ। ਅਗਲਿਆਂ ਨੂੰ ਵੀ ਮੰਨਣਾ ਚਾਹੀਦਾ ਵੀ ਤੁਹਾਡੇ ਨਾਲ ਬਹਿਣੇ ਆ। ਜਦੋਂ ਲੋਕਤੰਤਰਿਕ ਪ੍ਰਣਾਲੀ ਦੇ ਵਿੱਚ ਇਲੈਕਸ਼ਨ ਆਉਂਦੀਆਂ, ਅਸੀਂ ਉਹਨਾਂ ਲੀਡਰਾਂ ਨੂੰ ਅੱਗੇ ਲਿਆਉਣੇ ਕਿਉਂ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਕਰਨ ਲਈ ਮਜਬੂਰ ਹੈ। ਮੈਂ ਵੋਟਾਂ 'ਚ ਖੜਾ ਹੋ ਕੇ ਕੁਛ ਐਮ ਪੀ ਐਮ ਐਲ ਏ ਬਣ ਕੇ ਜੇ ਮੈਂ ਕਹਿੰਦਾ ਮੈਂ ਬਹੁਤ ਸੁਧਾਰ ਲਿਆ ਦੂੰਗਾ, ਨਹੀਂ ਲਿਆ ਸਕਦਾ ਕਿਉਂਕਿ ਤੁਸੀਂ ਦੇਖ ਰਹੇ ਹੋ ਦ ਟੀ ਵੀ ਐੱਨ ਆਰ ਆਈ ਅਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਅੱਜ ਦੁਆਬੇ ਦੇ ਵਿੱਚ ਕਿਸਾਨੀ ਸੰਘਰਸ਼ਾਂ ਨੂੰ ਲੈ ਕੇ ਇੱਕ ਜਾਗਰੂਕ ਸਮਾਗਮ ਹੋਇਆ ਅਤੇ ਵੱਡੇ ਬੁਲਾਰੇ ਪਹੁੰਚੇ ਨੇ ਸਾਡੇ ਨਾਲ। ਇਸ ਵੇਲੇ ਮੌਜੂਦ ਨੇ ਜਿਹੜੇ ਕਿਸਾਨੀ ਸੰਘਰਸ਼ਾਂ ਦੀ ਅਗਵਾਈ ਕਰਦੇ ਪਏ ਨੇ ਕਿਸਾਨਾਂ ਤੋਂ ਹਟ ਕੇ, ਦੀਪ ਸਿੱਧੂ ਸਾਹਿਬ। ਗੱਲਬਾਤ ਕਰਦੇ ਹਾਂ ਦੀਪ ਸਿੱਧੂ ਸਾਹਿਬ, ਉਸ ਪਵਿੱਤਰ ਧਰਤੀ 'ਤੇ ਆਏ ਹੋ ਦੁਆਬੇ ਦੀ, ਖਾਸ ਕਰਕੇ ਕਾਲਾ ਸਿੰਘ ਆ ਜਿੱਥੇ ਛੇਵੇਂ ਪਾਤਸ਼ਾਹ ਦੇ ਚੜ੍ਹਨ ਪਏ ਨੇ, ਕੀ ਕਹਿਣਾ ਚਾਹੁੰਦੇ ਹੋ? ਬਾਈ ਜੀ ਆਏ ਆ, ਸਾਨੂੰ ਦਿੱਤਾ ਹੀ ਉਹਨਾਂ ਨੇ ਸਭ ਕੁਛ ਆ, ਮੀਰੀ ਪੀਰੀ ਦਾ ਸਿਧਾਂਤ ਜਿਹੜਾ ਸਾਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗਏ, ਹੈ ਨਾ। ਅਕਾਲ ਤਖਤ ਸਾਹਿਬ ਜਿੱਥੋਂ ਅਕਾਲ ਅਤੇ ਅਕਾਲ ਦਾ ਧਰਮ ਆ, ਉਹ ਇੱਦੂ ਵੱਡੀ ਗੱਲ ਅਸੀਂ ਹੋਰ ਕੀ ਸਮਝ ਸਕਦੇ ਹਾਂ, ਜਾਂ ਉਸ ਦੇਣ ਨੂੰ ਕਿਵੇਂ ਭਾ ਦਈਏ। ਦੀਪ ਸਿੱਧੂ ਸਾਹਿਬ, ਤੁਸੀਂ ਸਟੇਜ 'ਤੇ ਬੋਲਦੇ ਪਏ ਸੀ ਔਰ ਮੈਂ ਕਾਫੀ ਸੁਣੀ ਤੁਹਾਡੀ ਸਪੀਚ, ਕਿਸਾਨਾਂ ਨਾਲ ਆਖਰੇ ਨਾਰਾਜ਼ਗੀ ਕਿਉਂ ਹੋ ਗਈ ਆ? ਕਿਉਂਕਿ ਰਸਤੇ ਆਪਣੇ ਇੱਕ ਆ, ਜਿੰਨੇ ਵੀ ਸੰਘਰਸ਼ਸ਼ੀਲ ਲੋਕ ਆ ਪੰਜਾਬ 'ਚ, ਰਸਤਾ ਇੱਕੋ ਹੀ ਆ ਵੀ ਪੰਜਾਬ ਨੂੰ ਬਚਾਉਣਾ, ਫਿਰ ਦੂਰੀਆਂ ਮੈਂ ਕਹਿੰਦਾ ਮਿਟਣੀਆਂ ਚਾਹੀਦੀਆਂ। ਬਿਲਕੁਲ ਮਿਟਣੀਆਂ ਚਾਹੀਦੀਆਂ ਜੀ, ਕੋਈ ਨਾਰਾਜ਼ਗੀ ਨਹੀਂ ਆ। ਮੈਂ ਤਾਂ ਜਿਹੜੀ ਗੱਲ ਇਹ ਕਰ ਰਿਹਾ ਵੀ ਥੋੜ੍ਹਾ ਜਿਹਾ ਸਾਨੂੰ ਸੰਘਰਸ਼ ਨੂੰ ਮੁੱਖ ਰੱਖ ਕੇ ਆਪਦੇ ਜਿਹੜੀਆਂ ਨੀਤੀਆਂ ਘੜਨੀਆਂ ਚਾਹੀਦੀਆਂ ਜਾਂ ਰਣਨੀਤੀ ਬਣਾਉਣੀ ਚਾਹੀਦੀ ਆ, ਉਹ ਉਸ ਢੰਗ ਨਾਲ ਬਣਾਉਣੀ ਚਾਹੀਦੀ ਆ। ਔਰ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਤਾਂ ਸੱਭਿਆਚਾਰਕ, ਇਕੱਲੀ ਆਰਥਿਕ ਨਹੀਂ ਆ, ਸੱਭਿਆਚਾਰਕ ਸਾਡੀ ਜਿਹੜੀ ਇਹ ਲੜਾਈ ਆ ਉਹਨੂੰ ਬਚਾਉਣ ਦੀ, ਸਾਡੇ ਸੱਭਿਆਚਾਰ ਨੂੰ, ਇਹ ਵੀ ਗੱਲ ਸਮਝ ਕੇ ਅਤੇ ਫਿਰ ਸਾਡੀ ਰਣਨੀਤੀ ਘੜੀ ਜਾਵੇ। ਇਨਸਾਨ ਗਲਤੀਆਂ ਦਾ ਪੁਤਲਾ ਜੀ, ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ 'ਚ ਕਿਤੇ ਖਾਮੀ ਹੈਗੀ ਆ, ਅਤੇ ਖਾਮੀ ਤੁਹਾਡੇ 'ਚ ਵੀ ਕੋਈ ਹੋ ਸਕਦੀ, ਉਹਨਾਂ 'ਚ ਵੀ ਹੋ ਸਕਦੀ ਆ, ਜੇ ਇਹ ਖਾਮੀਆਂ ਆਪਾਂ ਦੂਰ ਹੀ ਕਰ ਲਈਏ ਬੈਠ ਕੇ? ਹਾਂ ਬਿਲਕੁਲ ਜੀ, ਬਿਲਕੁਲ। ਖਾਮੀਆਂ ਦੇਖੋ, ਪੂਰਾ ਤਾਂ ਗੁਰੂ ਹੋ ਸਕਦਾ ਨਾ, ਅਸੀਂ ਤਾਂ ਕੋਈ ਇਨਸਾਨ, ਉਹਦੇ 'ਚ ਤਾਂ ਗਲਤੀਆਂ ਹੋਣਗੀਆਂ ਹੀ ਹੋਣਗੀਆਂ, ਕਮੀਆਂ ਊਣਤਾਈਆਂ ਹੋਣਗੀਆਂ ਹੀ ਹੋਣਗੀਆਂ। ਸਾਨੂੰ ਬਿਲਕੁਲ ਇਕੱਠੇ ਬੈਠ ਕੇ ਜੇ ਕੋਈ ਇੱਕ ਮੰਚ ਆਪਾਂ ਸਿਰਜਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਤਾਂ ਬਹੁਤ ਵਧੀਆ ਗੱਲ ਆ ਇਹ ਤਾਂ ਬਾਈ। ਅਤੇ ਮੈਂ ਸਮਝਾਂ ਕਿ ਅਗਲੀ ਸਾਡੀ ਇੰਟਰਵਿਊ ਉਸ ਮੁਲਾਕਾਤ ਤੋਂ ਬਾਅਦ ਹੋਵੇਗੀ ਤੁਹਾਡੇ ਨਾਲ। ਪਰ ਮੁਲਾਕਾਤ ਤਾਂ ਹੁਣ ਆਏ ਆ ਨਾ, ਉਹਦੇ ਲਈ ਮੈਂ ਤਾਂ ਪਹਿਲ ਕਰ ਸਕਦਾ, ਮੈਂ ਇੱਕ ਵਾਰੀ ਫਿਰ ਪਹਿਲ ਕਰਨ ਦੀ ਕੋਸ਼ਿਸ਼ ਕਰੂੰਗਾ। ਅਗਲਿਆਂ ਨੂੰ ਵੀ ਮੰਨਣਾ ਚਾਹੀਦਾ ਵੀ ਤੁਹਾਡੇ ਨਾਲ ਬਹਿਨੇ ਆ, ਹੈ ਨਾ। ਸੋ ਇਹ ਹੋਊਗਾ ਆਉਣ ਵਾਲੇ ਸਮੇਂ 'ਚ, ਇਹ ਹੋਊਗਾ, ਤੁਸੀਂ ਦੇਖਿਓ। ਮੇਰਾ ਆਖਰੀ ਇਹ ਸਵਾਲ ਦੀਪ ਸਿੱਧੂ ਸਾਹਿਬ, ਕਿਉਂਕਿ ਕਿਸਾਨ ਜਿਹੜੇ ਨੇ ਉਹ ਮੇਰੀ ਸਮਝ ਦੇ ਮੁਤਾਬਕ ਉਹ ਜ਼ਿਆਦਾ ਸ਼ਾਇਦ ਇਸ ਚੀਜ਼ ਨੂੰ ਜਾਣਦੇ ਨੇ ਕਿਉਂਕਿ ਉਹ ਪਹਿਲਾਂ ਤੋਂ ਜੁੜੇ ਹੋਏ ਨੇ ਕਿਸਾਨੀ ਕਿੱਤੇ ਦੇ ਨਾਲ। ਤੁਸੀਂ ਇਹ ਇੱਕ ਹੋਰ ਜਗਤ ਤੋਂ ਇੱਥੇ ਆਏ ਹੋ, ਤੁਹਾਡੀ ਪੜ੍ਹੇ ਲਿਖੇ ਹੋਣ ਦੇ ਕਰਕੇ ਕੁਝ ਸਮਝ ਤਕਨੀਕੀ ਤੌਰ 'ਤੇ ਜ਼ਿਆਦਾ ਹੋ ਸਕਦੀ ਹੈ, ਪਰ ਸ਼ਾਇਦ ਗਰਾਊਂਡ ਤੌਰ 'ਤੇ ਉਹਨਾਂ ਦੀ ਜ਼ਿਆਦਾ ਹੋਵੇ ਤੁਹਾਡੇ ਨਾਲੋਂ। ਇਹ ਹੱਲ ਕਿੱਦਾਂ ਨਿਕਲੂਗਾ? ਬਾਈ ਜੀ ਗੱਲ ਐਂ ਆ, ਮੈਨੂੰ ਇਹ ਗਰਾਊਂਡ ਲੈਵਲ ਦੀ ਜਿਹੜੀ ਰਿਐਲਿਟੀ ਆ ਉਹ ਬਿਲਕੁਲ ਵੱਖਰੀ ਹੁੰਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਤੁਸੀਂ ਸਹੀ ਗੱਲ ਕਰ ਰਹੇ ਹੋ। ਪਰ ਕੋਈ ਉਸ ਸੰਘਰਸ਼ 'ਚੋਂ ਜਿਹੜਾ 17 ਸਾਲਾਂ 'ਚ ਅਸੀਂ ਲੜਿਆ, ਕੋਈ ਪ੍ਰਾਪਤੀ ਤਾਂ ਦੱਸੋ ਨਾ ਮੈਨੂੰ। ਜੇ ਪ੍ਰਾਪਤੀ ਨਹੀਂ ਆ, ਔਰ ਪ੍ਰਾਪਤੀ ਖੁਦਕੁਸ਼ੀਆਂ ਅਤੇ ਕਰਜ਼ਿਆਂ ਦੀ ਆ, ਰਹੀਆਂ ਸਪਰੇਆਂ ਪੀ ਕੇ ਆਪਦੀਆਂ ਜ਼ਿੰਦਗੀਆਂ ਖਤਮ ਕਰਨ ਦੀ ਆ, ਤਾਂ ਸਾਨੂੰ ਸਵਾਲ ਉਠਾਉਣੇ ਚਾਹੀਦੇ ਆ ਨਾ ਉਸ ਸਿਸਟਮ 'ਤੇ। ਅੱਜ ਮੈਂ ਆਪਦੀ ਸਮਝ ਦੀ ਗੱਲ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਪੰਜਾਬ ਨੂੰ ਆਪਦਾ ਇੱਕ ਪੰਜਾਬ ਪੱਖੀ, ਪੰਜਾਬ ਕੇਂਦਰਤ ਖੇਤੀਬਾੜੀ ਮਾਡਲ ਉਸਾਰਨਾ ਪਊਗਾ, ਪੱਕੇ ਮਸਲਿਆਂ ਦਾ ਹੱਲ ਉਹੀ ਆ। ਦੀਪ ਸਿੱਧੂ ਸਾਹਿਬ, ਜਿੱਦਾਂ ਤੁਹਾਡੀ ਨੌਲੇਜ ਬਹੁਤ ਜ਼ਿਆਦਾ ਆ, ਜੇ ਕਿਉਂਕਿ ਹੁਣ ਖੇਤੀ ਕਾਨੂੰਨਾਂ ਦੀ ਮਾਰ ਤਾਂ ਹੁਣ ਪਈ ਆ, ਕਿਸਾਨ ਤਾਂ ਪਹਿਲਾਂ ਖੁਦਕੁਸ਼ੀਆਂ ਦੇ ਰਾਹ ਪਿਆ ਔਰ ਜਦੋਂ ਤੋਂ ਆਜ਼ਾਦ ਦੇਸ਼ ਹੋਇਆ ਪੰਜਾਬ ਨੂੰ ਸੰਕਟ ਹੀ ਸਾਹਮਣਾ ਕਰਨਾ ਪਿਆ। ਜੇ ਤੁਹਾਡੇ ਵਰਗੇ ਨੌਜਵਾਨ ਅੱਜ ਤੋਂ 10 ਸਾਲ ਪਹਿਲਾਂ ਜਾਗਦੇ ਤਾਂ ਸ਼ਾਇਦ ਇਹ ਕਾਨੂੰਨ ਨਾ ਹੀ ਆਉਂਦੇ। ਬਾਈ ਜੀ ਜੇ ਅਸੀਂ ਆਪਦੇ ਆਪ ਨੂੰ ਪਹਿਲਾਂ ਸਾਂਭ ਲੈਂਦੇ ਤਾਂ ਡੈਫੀਨੇਟਲੀ ਇਹ ਬਹੁਤ ਫਰਕ ਹੁੰਦਾ ਵੀ ਸਰਕਾਰ ਨੀਤੀ ਜਾਂ ਆਪਦੀਆਂ ਜਿਹੜੀਆਂ ਪਾਲਿਸੀ ਘੜਨ ਵੇਲੇ 10 ਵਾਰੀ ਸੋਚਦੀ ਆ, ਲੋਕ ਨਾ ਵਿਰੋਧ 'ਚ ਆ ਜਾਣ, ਲੋਕ ਜਾਗਰੂਕ ਇਸ ਗੱਲ ਤੋਂ, ਸੋਚ ਤੋਂ ਕਿਉਂ ਡਰਦੇ ਆ, ਉਹ ਕਿਸੇ ਦੀ ਆਵਾਜ਼ ਬੁਲੰਦ ਕਰ ਰਿਹਾ ਉਹ ਤੋਂ ਕਿਉਂ ਡਰਦੇ ਆ, ਇਸੇ ਕਰਕੇ ਡਰਦੇ ਆ ਨਾ। ਸੋ ਜਿੰਨਾ ਅਸੀਂ ਆਪਦੇ ਹੱਕਾਂ ਲਈ ਜਾਗਰੂਕ ਹੋਵਾਂਗੇ, ਜਿੰਨੀ ਆਵਾਜ਼ ਬੁਲੰਦ ਕਰਾਂਗੇ ਅਸੀਂ, ਸੱਚ 'ਤੇ ਪਹਿਰਾ ਦੇਵਾਂਗੇ, ਸਰਕਾਰ ਤਾਂ ਡਰੂ ਡਰੂ ਅਤੇ ਉਹ ਰਣਨੀਤੀ ਘੜਨ ਵੇਲੇ 10 ਵਾਰੀ ਸੋਚਣਗੇ ਫਿਰ।
कि सानू राजनीतिक तौर पर भी प्रिपेयर होना पैना कि जदों लोकतंत्रिक प्रणाली दे विच इलैक्शनां आउंदियां असीं उन्हां लीडरां नू अगे लियाउणे क्यों जिहड़े इस तरह के फैसले करन लई मजबूत है कि तुहाडे अगे जिहड़े आगू आ जां तुसीं आ जां कोई होर आ ਉਹ ਰਾਜਨੀਤੀ ਦੇ ਵਿੱਚ ਆਉਣ ਤਾਂ ਜ਼ਿਆਦਾ ਚਾਂਸ ਵੱਧ ਸਕਦੇ ਆ ਇਹ ਕਿਸਾਨਾਂ ਦੇ ਹਿੱਤ ਦੇ ਲਈ ਨਹੀਂ ਹਜੇ ਤੱਕ ਜਦੋਂ ਤੱਕ ਅਸੀਂ ਸਟੇਟ ਸੈਂਟਰ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਦੇ ਹਜੇ ਸਾਨੂੰ ਇੱਕ ਸਮਾਜਿਕ ਸੰਘਰਸ਼ ਦੀ ਲੋੜ ਆ ਹੈ ਨਾ ਲੋਕ ਲਹਿਰ ਦੀ ਲੋੜ ਆ ਮੈਂ ਵੋਟਾਂ 'ਚ ਖੜਾ ਹੋ ਕੇ ਕੁਛ ਐਮ ਪੀ ਐਮ ਐਲ ਏ ਬਣ ਕੇ ਜੇ ਮੈਂ ਕਹਿੰਦਾ ਮੈਂ ਬਹੁਤ ਸੁਧਾਰ ਲਿਆ ਦੂੰਗਾ ਨਹੀਂ ਲਿਆ ਸਕਦਾ ਕਿਉਂਕਿ ਸਿਸਟਮ ਬਹੁਤ ਖਰਾਬ ਹੋ ਗਿਆ है ना इत्थे सारी पावर सेंट्रलाइज हो गई आ सानू उस सेंट्रलाइज पावर नू तोड़ के पावर सूबे नू दित्ती जावे ओ संघर्ष लड़ना पैना वह कल्ला पंजाब नहीं होर सूबे भी लड़न तो स्टेट सेंटर रिलेशनशिप नू रीडिफाइन करना पैना उदू बाद और इस लई थानू आपदे खेते की सियासत चाहीदी आ महाराष्ट्र नू आपदी सियासत चाहीदी आ तमिलनाडु नू आपदी चाहीदी आ तो हर सूबे नू एक आपदी निरोल सियासत चाहीदी आखिरी सवाल तुसी बॉलीवुड नाल जुड़े हो हर हर सूबे दे जिहड़े लोक आ जां उत्थों दे कुछ संघर्षी लोक तुहाडे इन टच रहिंदे होणगे जिहड़ी पंजाब च लहर उठी आ उहदा रिस्पोंस उधरों कोई दिसदा पिया तुहानू बाला नहीं जी हजे क्योंकि इहदे कई कारण आ पर हजे जिहड़ा असीं इह कह लईए भी पंजाब ही उठिआ पंजाब ही बागी होया हजे सानू ही जरूरत आ भी असीं बाकी सूबिआं दे लोकां दी उत्थों दी ऑर्गनाइजेशनस दी जां उहनां सरकारां दी भी लामबंदी करिए तो दीप सिद्धू दे नाल असीं गल्लबात तुहानू सुनाई उहनां दा इहो ही कहिणा कि जिन्ना चिर जिहड़ा संघर्ष आ उह चलदा रहेगा उह नाल रहिणगे इस संघर्ष दे दूजा उहनां ने एन आर आई मीडिया दे उस सवाल दा जवाब दित्ता कि उहनां नूं राजनीति दे विच आउणा चाहीदा क्योंकि राजनीति दे विच आ के कई समस्यावां नूं उह ਜਿਹੜੀਆਂ ਕਿਸਾਨੀ ਸਮੱਸਿਆਵਾਂ ਨੇ ਜਾਂ ਪੰਜਾਬ ਦੀਆਂ ਸਮੱਸਿਆਵਾਂ ਨੇ ਉਹਨੂੰ ਨੇੜੇ ਤੋਂ ਸਮਝ ਸਕਦੇ ਨੇ ਉਹਨਾਂ ਦਾ ਹੱਲ ਵੀ ਕਰ ਸਕਦੇ ਨੇ ਪਰ ਉਹਨਾਂ ਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਆਉਣਾ ਹਜੇ ਕਾਹਲੀ ਹੋਵੇਗੀ ਐਮ ਪੀ ਜਾਂ ਮੰਤਰੀ ਬਣਨਾ ਉਹਨਾਂ ਦਾ ਟੀਚਾ ਨਹੀਂ ਹੈ ਉਹਨਾਂ ਦਾ ਟੀਚਾ ਹੈ ਪੰਜਾਬ ਨੂੰ ਬਚਾਉਣਾ ਸਹਿਯੋਗੀ ਪੱਤਰਕਾਰ ਪਰਮਜੀਤ ਸਿੰਘ ਦੇ ਨਾਲ ਇੰਦਰਜੀਤ ਸਿੰਘ ਚਾਹਲ ਐਨ ਆਰ ਆਈ ਮੀਡੀਆ